अच्छा आ मोटरसाइकिल ले आ जे। हां जी एक मोटरसाइकिल ले आ। फिर बधाइयां हुण बहुतियां बहुतियां तुहानूं। तुहानूं बधाइयां हुण। बार-बार थोड़ा बधाइयां लईदियां। आ जाओ घर नूं। प्रीत जा चाह बना के लिया अपनी चाची वास्ते। चाची सत श्री अकाल। सत श्री अकाल। इन्ना वधाई होए मोटरसाइकिल दी तैनूं हां। तुहानूं वधाइयां बहुतियां बहुतियां। इन्ने दिनां बाद आए किथे रहिंदे हो? चाल मारो गप्पा मैं चाह बनाउनी। अच्छा 40,000 ਦਾ ਪਿਆ। ਮੋਟਰਸਾਈਕਲ ਤੇ ਬੜੇ ਮਹਿੰਗੇ ਨੇ। ਮਹਿੰਗੇ ਤੇ ਹੈਗੇ ਆ। ਮੁੰਡਾ ਆਇਆ ਸੀ ਉਹਨੇ ਬਾਹਰੋਂ ਤੇ ਉਹਨੇ ਲਿਆ ਮੋਟਰਸਾਈਕਲ ਤੇ ਗਾਂ ਫੇਰ ਉਹਨੇ 2 ਮਹੀਨੇ ਬਾਅਦ ਵੇਚ ਦਿੱਤਾ। ਨਹੀਂ ਤੇ ਮੋਟਰਸਾਈਕਲ ਦੀ ਕੀਮਤ ਤੇ ਬੜੀ ਹੈ। ਆਹ ਉਹਨੇ ਬਾਹਰ ਫੇਰ ਚੱਲ ਜਾਣਾ ਸੀ ਨਾ ਤੇ ਤਾਂ ਕਰਕੇ ਉਹਨੇ ਵੇਚ ਦਿੱਤਾ ਤੇ ਫਿਰ 40,000 ਦਾ ਸਾਨੂੰ ਪੈ ਗਿਆ। ਅੱਛਾ ਫਿਰ ਇਦਾਂ ਕਹੋ ਨਾ ਪੁਰਾਣਾ ਲਿਆ ਵਾ। ਪੁਰਾਣਾ ਤਾਂ ਨਹੀਂ ਇਹਨਾ ਨਵਾਂ ਹੀ ਮੋਟਰਸਾਈਕਲ ਆ 2 ਮਹੀਨੇ ਚੱਲਿਆ। ਏਜੰਸੀ ਤੋਂ ਚੀਜ਼ ਨਿਕਲੀ ਨਾ ਪੁਰਾਣੀ ਹੋ ਜਾਂਦੀ ਆ। ਮੇਰਾ ਵੀ ਮੁੰਡਾ ਕਹਿੰਦਾ ਸੀ ਚੱਲਦਾ ਲੱਲੀਏ। ਮੈਂ ਕਿਹਾ ਨਹੀਂ ਚੱਲਦਾ ਨਹੀਂ ਲੈਣਾ, ਜੇ ਲੈਣਾ ਤਾਂ ਨਵਾਂ ਹੀ ਲੈਣਾ। ਪੁਰਾਣੀ ਚੀਜ਼ ਪੁਰਾਣੀ ਹੁੰਦੀ ਏ। ਬੈਠੋ ਭੈਣ ਜੀ ਮੈਂ ਵੇਖਾਂ ਚਾਹ ਬਣਾ ਕੇ ਨਹੀਂ ਲਿਆਈ। ਪ੍ਰੀਤ ਬਣ ਗਈ ਚਾਹ? ਹਾਂਜੀ ਭੈਣ ਜੀ ਬਣ ਗਈ ਆ। ਬੈਠੋ ਤੁਸੀਂ ਮੈਂ ਲਿਆਉਣੀ ਆ। ਅੱਛਾ ਚਾਹ ਫੜਾ ਦੀ ਸਾਨੂੰ, ਮੈਂ ਕਵਲ ਦੀ ਵਰਦੀ ਧੋ ਲਾ। ਠੀਕ। ਪੁਰਾਣਾ ਮੋਟਰਸਾਈਕਲ ਕਾਹਤੋਂ ਲਿਆ ਤੁਸੀਂ? ਥੋੜ੍ਹੇ ਜਿਹੇ ਤਾਂ ਪੈਸੇ ਹੋਰ ਪੈਣੇ ਸੀ, ਨਹੀਂ ਤਾਂ ਕਿਸ਼ਤਾਂ ਬਣ ਲੈਂਦੇ। ਨਵੀਂ ਚੀਜ਼ ਨਵੀਂ ਹੁੰਦੀ ਹੈ। ਚਾਚੀ ਹੁਣ ਕੀ ਦੱਸਾਂ ਤੈਨੂੰ, ਇੱਥੋਂ ਕੋਈ ਕਿਸੇ ਦੀ ਮੰਨਦਾ ਹੋਵੇ ਤਾਂ ਨਾ। ਮੈਂ ਤਾਂ ਬਥੇਰੀ ਰੌਲੀ ਪਾਈ ਸੀ ਵੀ ਨਵਾਂ ਲਓ, ਆ ਥੋੜ੍ਹੇ ਜਿਹੇ ਪੈਸੇ ਬਚਾਉਣ ਦੇ ਚੱਕਰ ਵਿੱਚ ਪੁਰਾਣਾ ਲਿਆਏ। ਆਹੋ ਇਹ ਵੀ ਠੀਕ ਹੈ। ਹੋਰ ਤੇਰੀ ਚੱਲਦੀ ਵੀ ਕਿੰਨੀ ਕੁ ਘਰ 'ਚ? ਇਸ ਗੱਲੋਂ ਸਾਡਾ ਘਰ ਹੀ ਹੋ। ਕੋਈ ਵੀ ਚੀਜ਼ ਲੈਣੀ ਹੋਏ ਨਾ ਸਾਰਾ ਟੱਬਰ ਨੂੰ ਬਾਹਰ ਲੈਂਦੇ, ਸਲਾਹ ਦੇ ਨਾਲ ਚੀਜ਼ ਲੈਂਦੇ। ਹੁਣ ਅਸੀਂ ਲੈਣਾ ਮੋਟਰਸਾਈਕਲ, ਅਸੀਂ ਤਾਂ ਹੁਣ ਏਜੰਸੀ 'ਚੋਂ ਨਵਾਂ ਹੀ ਕਢਾਉਣਾ ਹੈ, ਅਸੀਂ ਨਹੀਂ ਲੈਣਾ ਪੁਰਾਣਾ ਪੁਰਾਣਾ। ਚਲੋ ਇਹ ਵੀ ਚੰਗਾ ਵਾ ਚਾਚੀ ਜੀ, ਤੁਸੀਂ ਪਿਛਲੇ ਜਨਮ 'ਚ ਕੋਈ ਮੋਤੀ ਪੁੰਨ ਕੀਤੇ ਹੋਣੇ ਆ ਜੋ ਤੁਹਾਨੂੰ ਇੱਦਾਂ ਦਾ ਪਰਿਵਾਰ ਮਿਲਿਆ। ਚੱਲ ਚੰਗਾ ਹੁਣ ਮੈਂ ਜਾਂਦੀ ਹਾਂ, ਮੇਰੀਆਂ ਨੂੰਹਾਂ ਡੀਕਦੀਆਂ ਹੋਣੀਆਂ ਨੇ, ਮੰਮੀ ਚਾੜਨਾ ਕੀ ਹੈ ਉਹਨਾਂ ਨੂੰ ਜਾ ਕੇ ਦੱਸਣਾ। ਵੈਸੇ ਤੇਰੀ ਚਾਹ ਬੜੀ ਸਵਾਦ ਸੀ। ਕਿੱਦਾਂ ਇਹਦੀ ਜ਼ਬਾਨ 'ਤੇ ਪਕੌੜੇ ਤਲੀਦੇ ਆ। ਪਤਾ ਮੈਨੂੰ ਜਿੰਨੀਆਂ ਕੁ ਤੇਰੀਆਂ ਨਵਾਂ ਤੈਨੂੰ ਪੁੱਛਦੀਆਂ, ਘਰ 'ਚ ਲੜਾਈ ਹੋਣ ਡਈ ਹੁੰਦੀ ਆ ਅਤੇ ਦੂਜੇ ਪਿੰਡ ਤੱਕ ਕੁੱਤਿਆਂ ਕੁੱਤਿਆਂ ਦੀ ਆਵਾਜ਼ ਜਾਂਦੀ ਹੈ। ਅੱਛਾ ਭਿੰਦਰਾ ਗੱਲ ਇੱਦਾਂ ਵਾ ਵੀ ਮੇਰੀ ਆ ਹੁਣ ਸਿਰ ਤਿਆਰੀ। ਅੱਛਾ ਅਤੇ ਮੈਨੂੰ ਹੁਣ ਕੱਲ੍ਹ ਨੂੰ ਛੱਡ ਆਵੀਂ ਉੱਥੇ ਅੱਡੇ 'ਤੇ। ਹਾਂ ਚੱਲ ਜਾਣਾ ਕੱਲ੍ਹ ਫਿਰ? ਹਾਂ ਕੱਲ੍ਹ ਜਾਣਾ। ਅੱਛਾ ਅਤੇ ਵੀਰ ਮੇਰੀ ਇੱਕ ਸਲਾਹ ਸੀ ਵੀ ਹੁਣ ਸਰ ਨਹੀਂ ਜਾ ਅਤੇ ਮੋਟਰੇ ਘੋਰ ਲਵਾ ਲਈਏ। ਇੱਦਾਂ ਵਾ ਅਜੇ ਤਾਂ ਆਪਣੇ ਕੋਲ ਗੁਜਾਇਸ਼ ਨਹੀਂ ਅਤੇ ਮੈਂ ਜਾਣਾ ਵਾ ਅਤੇ ਆਪਣਾ ਉੱਥੇ ਹਿਸਾਬ ਕਿਤਾਬ ਕਰਕੇ ਵੇਹਨਾ ਅਤੇ ਜੋ ਫਿਰ ਆਪਣੇ ਕੋਲ ਬਚਤ ਹੋਏਗੀ ਉਸ ਹਿਸਾਬ ਨਾਲ ਫਿਰ ਕਰ ਲਵਾਂਗੇ ਮੋਟਰ ਦਾ ਵੀ। ਚਲੋ ਠੀਕ ਆ। ਆਹੋ ਨਾਲੇ ਗੱਲ ਸੁਣ, ਆ ਜਨਾਨੀਆਂ ਘਰ ਦੇ ਵਿੱਚ ਨਿੱਕੀ ਨਿੱਕੀ ਗੱਲ ਤੋਂ ਐਵੇਂ ਤੂੰ ਤੂੰ ਮੈਂ ਕਰਦੀਆਂ ਰਹਿੰਦੀਆਂ ਵਾਂ ਅਤੇ ਥੋੜ੍ਹਾ ਤੂੰ ਵੀ ਆਪਣੀ ਨਾਲ ਦੀ ਨੂੰ ਸਮਝਾਵੀਂ, ਬਾਕੀ ਮੰਮੀ ਤੇਰੀ ਭਾਬੀ ਨੂੰ ਗੱਲ ਕਰਾਂਗਾ। ਅਤੇ ਇੱਕ ਗੱਲ ਇਹ ਆ ਵੀ ਮੁੰਡੇ ਦਾ ਥੋੜ੍ਹਾ ਜਿਹਾ ਖਿਆਲ ਰੱਖਣਾ ਵਾ, ਉਹਨੂੰ ਮੈਂ ਪੂਰਾ ਖਿੱਚ ਕੇ ਰੱਖਣਾ ਵਾ, ਐਵੇਂ ਨਾ ਵਾਰਾ ਗਰਦੀ ਕਰਦਾ ਫਿਰੇ ਕਿਤੇ। ਠੀਕ ਆ ਕਿ ਨਹੀਂ? ਮੰਮੀ ਜੀ ਮੈਨੂੰ ਪਹਿਲਾਂ ਲੱਗਦਾ ਹੁੰਦਾ ਸੀ ਚਾਚੀ ਜੀ ਬੜੇ ਗੁੱਸੇ ਵਾਲੇ ਆ, ਪਰ ਮੈਨੂੰ ਹੁਣ ਸਾਈਕਲ ਦੀ ਥਾਂ 'ਤੇ ਮੋਟਰਸਾਈਕਲ ਮਿਲ ਗਿਆ ਨਾ, ਹੁਣ ਮੇਰੇ ਮਨ 'ਚ ਚਾਚੀ ਵਾਸਤੇ ਇੱਜ਼ਤ ਹੋਰ ਵੱਧ ਗਈ ਆ। ਮੇ ਪੁੱਤ ਆਪ ਚੰਗੇ ਤੇ ਸਾਰੇ ਚੰਗੇ। ਵੇ ਕਵਲ ਕੀ ਕਰਨ ਦਿਆ? ਮੈਂ ਚਾਚੀ ਜੀ ਵਿਹਲਾ ਹੀ ਹਾਂ, ਕੋਈ ਕੰਮ ਹੋਵੇ ਦੱਸੋ ਮੈਨੂੰ। ਉਹ ਵਿੱਕੀ ਦੀਆਂ ਨਾ ਕਾਪੀਆਂ ਖਤਮ ਹੋ ਗਈਆਂ ਵਾ ਤੇ ਹੋਮਵਰਕ ਕਰਨ ਨੂੰ ਬੈਠਾ ਵਾ, ਜਾ ਲਿਆ ਦੇ ਉਹਨੂੰ। ਕੋਈ ਗੱਲ ਨਹੀਂ ਲਿਆ ਦਿੰਦਾ ਮੈਂ। ਜਾ ਲਿਆ ਦੇ। ਗੱਲ ਸੁਣ, ਰਜਿਸਟਰ ਥੋੜੇ ਵੱਡੇ ਲਿਆਈ, ਤੀਜੇ ਕੁ ਦਿਨ ਮੁਕਾ ਕੇ ਬੈਠਾ ਰਹਿੰਦਾ। ਠੀਕ ਆ ਚਾਚੀ ਜੀ, ਵੱਡੇ ਹੀ ਲੈ ਆਊਂਗਾ। ਚਾਚੀ ਜੀ ਮੇਰੀ ਗੱਲ ਸੁਣੋ, ਮੋਟਰਸਾਈਕਲ ਲੈ ਜਾ। ਜਾ ਲੈ ਜਾ। ਅੱਛਾ ਚਲੋ ਠੀਕ ਆ। ਕਿੱਦਾਂ ਇਹਨੂੰ ਚਾਅ ਚੜਿਆ ਰਹਿੰਦਾ ਮੋਟਰਸਾਈਕਲ ਦੇ, ਅੱਗੇ ਇਹਨੂੰ ਕੰਮ ਆਖੀਦਾ ਸੀ
ते अगे भी बहाने लाउंदा सी। हुण कोई काम आखो ना बाहर जाण नूं, उड्डिया जांदा वी मोटरसाइकिल ते जाऊंगा। हाय हाय, मैं उत्थे डीकदी सवेर दी कमली हो गई तैयार होके, ते तुसीं पठियां दुआले घुमणियां पाई जाण डे अजे तक। ओ पठे वी ते कुतरने आ, ते रहण दो ना, आपे कवल कुतर लूगा आणगे। 12 ते वज गए, जाणा कदों? ओ तैनूं पता जिद्दां दा हैगा, ओ उहने पाते ते पै गए पठे। मैं दूजे दे सिर ते नहीं छड्ड के जाणे, मैं कुतर के जाणे जिहड़ा कोई वी पा दे उठ चुके। हद हो गई आ, उदों नूं सारे कपड़िआं नूं वट वी पै जाणे आ। ओ तैनूं किहने कहा सी 9 बजे तां सूट पा के पैलां पाउंदी, फिर उहनूं मुंडे नूं ते आ लैंदी अजे, फिर ही जावांगे। ਇਹੋ ਹੀ ਤਾਂ ਪੰਗਾ ਸਾਂਝੀ ਚੀਜ਼ ਦਾ, ਇਸੇ ਕਰਕੇ ਸਾਂਝਾ ਲੈਣ ਨੂੰ ਜੀ ਨਹੀਂ ਕਰਦਾ। ਮੈਂ ਵੇਹਨੀ ਹਾਂ ਜਾ ਕੇ, ਅਜੇ ਤੱਕ ਆਇਆ ਕਿਉਂ ਨਹੀਂ? ਨਾ ਤੇਰੇ ਗਿਆ ਉਹਨੇ ਪਹਿਲਾਂ ਆ ਜਾਣਾ ਵਾ। ਇਹ ਜਨਾਨੀ ਨੂੰ ਵੀ ਟਿਕਾਓ ਨਹੀਂ ਆ, ਕਿਤੇ ਨਾ ਲੈ ਦਿਓ ਜਾਣ ਦਾ ਪੇਕਿਆਂ ਦਾ। ਰਾਤ ਵੀ ਨਹੀਂ ਨੀਂਦ ਆਉਂਦੀ, ਤੁਰੀ ਫਿਰੂ ਰਾਤ ਵੀ। ਅਗਲਾ ਗਾਂ ਤੱਕ ਛੱਡਣ ਗਿਆ ਪਿੰਡੋਂ ਬਾਹਰ, ਕੀ ਪਤਾ ਹੁਣ ਕਦੋਂ ਆਉਣਾ, ਕਿਹੜੇ ਵੇਲੇ ਜਾਣਾ ਤੇ ਕਿਹੜੇ ਵੇਲੇ ਆਉਣਾ। ਲੈ ਲਿਆ ਸਾਂਝਾ ਮੋਟਰਸਾਈਕਲ, ਹੁਣ ਇਹੀ ਹਾਲ ਰਹਿਣਾ ਵਾ। ਕੋਈ ਗੱਲ ਨਹੀਂ, ਗਾਂ ਤੱਕ ਗਿਆ ਨਾ, ਆ ਲੈਣ ਦੇ, ਇਹਦੀ ਤਾਂ ਮੈਂ ਲੈਣਾ ਕਲਾਸ ਥੋੜ੍ਹੀ ਚੰਗੀ ਤਰ੍ਹਾਂ। ਸਾਂਝੇ ਘਰ 'ਚੋਂ ਤੇਲ ਦੀ ਟੈਂਕੀ ਭਰੀ ਸੀ, ਹੁਣ ਚੜ੍ਹਾਈ ਫਿਰਦਾ ਢਾਣੀਆਂ, ਮਕਾ ਕੇ ਲਿਆ ਕੇ ਖੜਾ ਕਰ ਦੇਣਾ ਮੁੜ ਕੇ। ਸਾਂਝੇ ਥਾਂ ਤੇ ਲੈ ਲਿਆ ਵਾ, ਰੋਜ਼ ਦਾ ਪਵਾੜਾ, ਹੁਣ ਇਹੀ ਹਾਲ ਰਿਹਾ ਕਰਨਾ ਵਾ। ਕਵਲ, ਸੱਚੀ ਸੱਚੀ ਗੱਲ ਦੱਸੀ, ਕਿਹੜੇ ਮੁੰਡਿਆਂ ਨੂੰ ਬਿਠਾਲ ਕੇ ਵਾਰਾ ਗਰਦੀ ਕਰਦਾ ਫਿਰਦਾ ਵਾ? ਮੰਮੀ ਜੀ, ਕੀ ਗੱਲ ਹੋਈ ਜੇ? ਕੀ ਗੱਲ ਹੋਈ ਤੈਨੂੰ ਨਹੀਂ ਪਤਾ? ਕਿਹੜਾ ਮੁੰਡਿਆਂ ਨੂੰ ਬਿਠਾਲ ਕੇ ਲਿਆ ਕੇ ਗਿਆ ਹਾਂ, ਗਾਂ ਨੂੰ ਲੰਘ ਕੇ ਗਿਆ ਪਿੰਡ ਛੱਡ ਕੇ ਆਪਣਾ। ਤੇਰੇ ਚਾਚਾ ਚਾਚੀ ਨੇ ਜਾਣਾ ਸੀ ਵਾਂਢੇ, ਚਾਚੇ ਤੇਰੇ ਸਹੁਰੇ ਜਾਣਾ ਸੀ ਆਪਣੇ, ਅਤੇ ਉਹ ਹੁਣ ਉਹ ਲੇਟ ਹੋ ਗਏ ਨੇ। ਤੈਨੂੰ ਡੀਕਣ ਡਿਆ ਸੀ ਕਦੇ ਤੇ ਵੀ ਉਹਨੇ ਹੁਣ ਆ ਜਾਣਾ ਹੁਣ ਆ ਜਾਣਾ, ਉੱਤੋਂ ਉਹਨਾਂ ਦੋਵਾਂ ਜੀਆਂ ਦੀ ਲੜਾਈ ਪਈ ਆ ਵੱਖਰੀ, ਤੇਲ ਸਾਂਝਾ ਫੂਕਦਾ ਫਿਰਨ ਡਿਆ ਵਾਂ। ਤੈਨੂੰ ਸ਼ਰਮ ਨਹੀਂ ਆਉਂਦੀ? ਨਾ ਮੋਟਰਸਾਈਕਲ ਤੈਨੂੰ ਇਸ ਕੰਮ ਲਈ ਲੈ ਕੇ ਦਿੱਤਾ ਸੀ? ਮੰਮੀ ਜੀ, ਐਵੇਂ ਨਾ ਲੋਹੇ ਲਾਕੇ ਹੋਈ ਜਾਓ, ਪਹਿਲਾਂ ਮੇਰੀ ਵੀ ਗੱਲ ਸੁਣ ਲਓ ਪੂਰੀ। ਉਹ ਵਿਠਮਾਂ ਦੇ ਮੁੰਡੇ ਸੀ ਦੋ, ਤੁਰੇ ਆਉਣ ਡੇ ਸੀ ਅਤੇ ਮੈਨੂੰ ਆਉਂਦੇ ਬਿਠਾ ਲਾ, ਮੈਂ ਬਿਠਾ ਕੇ ਉਹਨਾਂ ਨੂੰ ਥੋੜ੍ਹੀ ਜਿਹੀ ਗਾਂਹ ਕਰ ਆਇਆ। ਚੱਲ ਬਿਠਾ ਲਿਆ ਤਾਂ ਠੀਕ ਆ, ਅਤੇ ਉਹਨਾਂ ਦੇ ਪਿੰਡ ਤੱਕ ਜ਼ਰੂਰੀ ਸੀ ਛੱਡ ਕੇ ਆਉਣਾ? ਮੰਮੀ ਜੀ, ਤੁਹਾਨੂੰ ਪਿੰਡ ਤੱਕ ਕਿਹਨੇ ਕਹਿਤਾ ਵਾ? ਮੈਂ ਤਾਂ ਆਪਣੀ ਬੰਬੀ ਲਾਗੇ ਤਾਰ ਆਇਆ ਉਹਨਾਂ ਨੂੰ। ਵੇ ਕਿਉਂ ਝੂਠ ਮਾਰੀ ਜਾਂਦਾ, ਮੈਂ ਆਪਣੀ ਅੱਖੀਂ ਵੇਖਿਆ ਤੈਨੂੰ ਵਿਠਮਾਂ ਤੱਕ ਜਾਂਦਿਆ, ਅਤੇ ਉਹ ਤੋਂ ਗਾਂਹ ਤੂੰ ਪਤਾ ਨਹੀਂ ਕਿੰਨਾ ਕੁ ਗਿਆ ਹੋਣਾ, ਹੁਣ ਬਹਾਨੇ ਲਾਈ ਜਾਂਦਾ ਵਾ। ਚਾਚੀ ਜੀ, ਮੇਰੀ ਗੱਲ ਦਾ ਯਕੀਨ ਕਰੋ, ਮੈਂ ਝੂਠ ਨਹੀਂ ਮਾਰਨ ਡਿਆ। 2:30 ਵਜੇ ਮੈਨੂੰ ਛੁੱਟੀ ਹੁੰਦੀ ਆ, ਅਤੇ 2:45 ਤੇ ਉਹ ਵੇਖੋ ਮੈਂ ਘਰ ਵੀ ਆ ਗਿਆ। ਉਹ ਕੀ ਰੇਟ ਕਾ ਪਾ ਕੇ ਬਹਿ ਗਈਆਂ ਜੇ? ਮੁੰਡਾ ਆ ਗਿਆ ਨਾ ਘਰ, ਲੇਟ ਹੋ ਗਿਆ, ਕੋਈ ਗੱਲ ਨਹੀਂ ਆਪਾਂ ਕੱਲ੍ਹ ਚੱਲ ਜਾਂਗੇ। ਚਲੋ ਉਹ ਤਾਂ ਠੀਕ ਆ, ਪਰ ਜਿਹੜਾ ਮਗਰ ਵੱਗ ਬਿਠਾਈ ਫਿਰਦਾ ਸੀ ਉਹ ਤਾਂ ਪੁੱਛੋ ਇਹਨੂੰ। ਉਹ ਚੱਲ ਕੁਛ ਨਹੀਂ ਹੋ ਗਿਆ, ਹੁਣ ਬਾਤ ਦਾ ਜ਼ਿਆਦਾ ਪਤੰਗੜ ਨਾ ਬਣਾ, ਉਹ ਕੁੜੀ ਨੰਗੇ ਪੈਰੀ ਤੁਰੀ ਫੈਂਡੀ, ਉਹਨੂੰ ਜੁੱਤੀ ਜੱਤੀ ਪਾ, ਮੈਂ ਆਪੇ ਕਰ ਲੈਣਾ ਗੱਲ ਉਹਦੇ ਨਾਲ। ਆਹੋ, ਮੇਰੀਆਂ ਗੱਲਾਂ 'ਤੇ ਤੁਹਾਨੂੰ ਪਤੰਗੜ ਹੀ ਲੱਗਣੀਆਂ ਵਾ। ਨੀ ਕੀ ਹੋਇਆ ਤੈਨੂੰ? ਤੈਨੂੰ ਜਦੋਂ ਵੇਖੋ ਤੇਰਾ ਮੂੰਹ ਹੀ ਬਣਿਆ ਹੁੰਦਾ ਆ। ਮੰਮੀ, ਪਹਿਲਾਂ ਇਹ ਦੱਸੋ ਵੀ ਤੇਲ ਫਰੀ ਦਾ ਵਾ? ਚਲੋ ਮੰਨਿਆ ਇਹ ਗੱਲ ਹੋਈ ਸੀ ਵੀ ਕਵਲ ਮੋਟਰਸਾਈਕਲ 'ਤੇ ਸਕੂਲ ਚੱਲ ਜਿਆ ਕਰੂਗਾ, ਆਹ ਲੰਡਰ ਜੇ ਬਿਠਾ ਕੇ ਪਿੱਛੇ ਤੁਰਿਆ ਫਿਰਦਾ ਵਾ, ਇਹ ਖਰਚੇ ਵਾਰਾ ਖਾਣੇ ਸਾਨੂੰ। ਨੀ ਉਹ ਦੱਸ ਹੋਇਆ ਕੀ ਆ? ਮੰਮੀ, ਹੋਣਾ ਕੀ, ਅਸੀਂ ਜਾਣਾ ਸੀ ਪਿੰਡ ਨੂੰ, ਡੀਕ ਡੀਕ ਕੇ ਸਕੂਲ ਦੇ ਟਾਈਮ ਨਾਲ ਹਾਰ ਹੋ ਗਏ।
हार के मैं हवेली वाल वेखन गई भी वेखा जे आया नहीं आ ते दो जने होर मगर बिठाए ही विठवा वाल नूं जान दिया ही हुण की पता विठवा तक गया कि गां कित्थे तक गया वा। चल कोई नहीं मैं कर दी ना मां दी नाल गल उदों तां कहिंदी छेती इहनूं मोटरसाइकल लै दो हुण नहीं वेंदी उह की करदा फिरदा आ। पुछ लो तुसीं साडा तां कम खराब कर ही दित्ता ना। चल हां हुण माता लाओ ना दी क्लास है नी। आ कमल की करदा फिरदा आ हुण की करता उहने की नहीं उन्हें करता अलफंडर जे मगर बिठा के मोटरसाइकिल ते तुरिया फिरदा इस काम ने उन्हें लिया के दिता। हाया उन्हें तो आंदिया दस दिता ही कि मैं बंबी तक मुंडिया करके आया वहां तो फिर उन्हें गल चुक के तुम दस दिती है उन्हें डकिया कर एरा वगैरह में तुरिया फिरदा आ। नहीं भैणा उन्हें कुछ नहीं कर दिता तुहानू तो यह है जिन्हें गल दस दिती ओदे मगर ही लग जाते जे तो आ सवार हो जाते जे दूजे एड्डी मैं न्याणी नहीं गी जिहड़ी मगर लग जानी आ मैनू सारा ही पता जो कुछ हुंदा आ। पता तुहानू पता तो कुछ हुंदा नहीं गा ना पते तो बगैर ही मैं तुरी फिरदी आ के लागी हो गई इहना वाली। हाँ भी पुत्रा आ गया स्कूलों। हाँ जी चाचा जी आ गए। मेरा बेटा ऐसा कर रोटी खा ला। अच्छा कपड़े कुपड़े चेंज कर ला अपना खाद पाउन जाना दो बोरियां। चाचा जी खाद ते ठीक आ पर मेरे टेस्ट ही मैं पढ़ना ही। टेस्ट वा चलो कोई गल नहीं कर लांगे टेस्ट। ओ नहीं नहीं तू रहन दे तू टेस्ट कर अपने याद कर सवेरे तेरा पेपर आ ते फिर नहीं ठीक मैं आपे पा लूंगा कल्ला ठीक है। चलो ठीक आ। ਅੱਗੋਂ ਪਿੱਛੋਂ ਕਦੀ ਪੜ੍ਹਿਆ ਨਹੀਂ ਆ ਅਤੇ ਅੱਜ ਕਿੱਡਾ ਪੜਾਕੂ ਬਣਿਆ ਕੰਮ ਵੇਖ ਕੇ ਤਾਂ ਉੱਦਾਂ ਹੀ ਮੌਤ ਪੈ ਜਾਂਦੀ ਇਹਨੂੰ ਜਿੱਦਾਂ ਪਤਾ ਨਹੀਂ ਇਹਨੇ ਪੜ੍ਹ ਕੇ ਕਿਹੜਾ ਜੱਜ ਲੱਗਣਾ। मेहनत कर तगड़ी वधिया अफसर बनना वड्डा ठीक है ठीक है ठीक है। आओ अच्छा पानी पी के ना मेरी गल सुन अंदर आ। वे तू अजे तक कपड़े नहीं लाए। ओ चल ठीक है ला लूंगा। हाँ बोल। ना मेरी गल सुना जे मैं बोलदी हां तो फिर आंदे भी तू वे चान के बोलदी हां बोला ना तो की करा जदों सांझे थां फसल बीजी आ ते सवेर दे गए 12 बज गए दो तीन बोले खाद दे आपे खलार के आए हो वो जिहड़ा बुढ़ बलेट बैठा वा बाहर उन्हें दो हां एक झोली नाल कल्ले कर करके खप चले हो। तैनूं चंगा भला पता वा मुंडे दे पेपर वा वो पढ़ दिया वा तू एवें जान बुझ के ना अखलारा जा ना पाया कर। चलो वो छड्डो मन्निया के उहदे पेपर वा ਤੁਸੀਂ ਮੈਨੂੰ ਇਹ ਦੱਸੋ ਵੀ ਹਰਚੋਵਾਲ ਇੱਥੋਂ ਕਿੰਨਾ ਕਾ। ਉਹ ਹੁਣ ਹਰਚੋਵਾਲ ਕੀ ਲੈਣ ਆ ਗਿਆ ਯਾਰ ਦੇ ਵਿੱਚ। ਤੁਸੀਂ ਦੱਸੋ ਨਾ ਪਹਿਲਾਂ ਵੀ ਕਿੰਨੇ ਕਿਲੋਮੀਟਰ ਆ। ਹੋਣਾ ਵਾ ਕੋਈ ਆ ਆਉਣ ਜਾਣ ਦਾ 10 ਕਿਲੋਮੀਟਰ। ਅੱਛਾ 10 ਕਿਲੋਮੀਟਰ। ਅੱਜ ਸਵੇਰੇ ਜਦੋਂ ਇਹ ਸਕੂਲ ਗਿਆ ਤੇ ਮੈਂ ਮੋਟਰਸਾਈਕਲ ਦਾ ਮੀਟਰ ਚੈੱਕ ਕੀਤਾ ਸੀ ਤੇ ਲਾਸਟ ਉਹਦੇ ਨੰਬਰ 92 ਸੀ ਤੇ 10 ਕਿਲੋਮੀਟਰ ਦੇ ਹਿਸਾਬ ਨਾਲ ਲਾਸਟ 2 ਹੋਣਾ ਚਾਹੀਦਾ ਵਾ ਤੇ ਇਹ ਹੁਣ ਜਦੋਂ ਆਇਆ 5 ਵਾ। ਇਹਦਾ ਮਤਲਬ 3 ਕਿਲੋਮੀਟਰ ਵਾਰਾਗਰਦੀ ਕਰਕੇ ਆਇਆ। ਪੁੱਛੋ ਇਹਨੂੰ ਹੁਣ ਮੈਂ ਇੱਥੇ ਬੋਲੂੰਗੀ ਤੇ ਮੈਨੂੰ ਤੇ ਫੇਰ ਤੁਸੀਂ ਬੁਰੀ ਕਹਿਣਾ ਵਾ ਮੇਰੀ ਗੱਲ ਤੇ ਝੱਟ ਵਾ ਦੇ ਘੋੜੇ ਚੜ ਜਾਂਦੀ ਆ। ਉਹ ਤੂੰ ਹੱਟਦੀ ਨਹੀਂ ਟਲਦੀ ਨਹੀਂ ਆ। ਜੇ ਮੈਂ ਕਹਿ ਦਿੱਤਾ ਵੀ 10 ਕਿਲੋਮੀਟਰ ਹੈ ਤੇ ਮੈਂ ਕੋਈ ਫੀਤਾ ਲੈ ਕੇ ਮਿਲਿਆ ਵੀ 10 ਕਿਲੋਮੀਟਰ ਵਾ ਵੱਧ ਘੱਟ ਵੀ ਹੋ ਸਕਦਾ ਵਾ। ਹੱਟਦੀ ਨਹੀਂ ਹਰ ਵੇਲੇ ਖਲਾਰਾ ਪਾ ਕੇ ਰੱਖਦੀ ਆ। ਹਾਂ ਹਾਂ ਲੱਗੇ ਰਹੋ ਥੱਲੇ ਲੱਗੇ ਰਹੋ ਸਾਂਝੇ ਦਾ ਤੇਲ ਪਾ ਪਾ ਕੇ ਫੂਕੀ ਜਾਓ। ਆ ਸਾਂਝਾ ਮੋਟਰਸਾਈਕਲ ਲੈ ਕੇ ਮੈਂ ਤੇ ਸਿਆਪਾ ਪਾ ਲਿਆ ਵਾ ਇਹੋ ਹਾਲ ਰਹਿਣਾ ਹੁਣ। ਤੇਰੀ ਨਾ ਸਰਵਿਸ ਹੋਈ ਨੂੰ ਚਿਰ ਹੋ ਗਿਆ ਵਾ ਤੇਰੀ ਖਲੜੀ ਨਾ ਸਰਵਿਸ ਮੰਗਦੀ ਆ।
ਮਾਰ ਮੰਮੀ ਨੂੰ ਪਾਪਾ ਨਾ ਮਾਰੋ ਚੁੱਪ ਕਰ ਜਾਵਾ ਤੂੰ ਹੀ ਤੇਰੇ ਮਾਰੂਗਾ ਦੋ ਥੱਪੜ ਪਾਪਾ ਨਾ ਮਾਰੋ ਪਾਪਾ ਨਾ ਮਾਰੋ ਵੇ ਤੇਰਾ ਰੋਜ ਤਮਾਸ਼ਾ ਹੋ ਗਿਆ ਤੂੰ ਘਰ ਨੂੰ ਇਕੱਠਿਆ ਰਹਿ ਨਹੀਂ ਦੇਣਾ ਕਰੇ ਤੂੰ मैं आखा अज हर जूगा कल हर जूगा पर किथे ए बंदा ना हटिया मैं ते उन्नू कदों दे मार मुक जाना है पर एक ढाडे मूंह वाल वेहनी आ ਤੁਹਾਡਾ ਕਰਕੇ ਮੈਂ ਕਿਤੇ ਘਰੋਂ ਪੈਰ ਨਹੀਂ ਪੁੱਟਦੀ ਕੋਈ ਏਦਾਂ ਦਾ ਕਦਮ ਨਹੀਂ ਕਰਦੀ ਵੀ ਮੇਰੇ ਧੀਆਂ ਪੁੱਤ ਇਕੱਲੇ ਰਹਿ ਜਾਣਗੇ ਪਰ ਇਹਨੇ ਨਹੀਂ ਮੈਨੂੰ ਸਮਝਿਆ ਸਾਰੀ ਉਮਰ ਇਹ ਘਰਦਿਆਂ ਦੇ ਪਿੱਛੇ ਲੱਗਾ ਰਿਹਾ ਅਤੇ ਪੋਤੇ ਸਾਰੇ ਪੁਆਰੇ ਦੀ ਜੜ੍ਹ ਨਾ ਤੇਰੇ ਵੱਡੇ ਮੰਮੀ ਡੈਡੀ ਹੋ ਉਹਨਾਂ ਦੇ ਹੱਥਾਂ 'ਤੇ ਚੜ੍ਹਿਆ ਤੇਰਾ ਪਿਓ ਜੋ ਵੀ ਕਰਾਉਂਦੇ ਆ ਇਹੋ ਹੀ ਕਰਾਉਂਦੇ ਆ ਮੇਰੀ ਤਾਂ ਅੱਧੀ ਜ਼ਿੰਦਗੀ ਇੱਦਾਂ ਹੀ ਲੰਘ ਗਈ ਕੋਈ ਨੀ ਮੰਮੀ ਮੈਨੂੰ ਵੱਡਾ ਹੋਣ ਲੈ ਦੋ ਮੈਂ ਸਾਰੇ ਬਦਲੇ ਲਊਂਗਾ ਚੱਲ ਜਾ ਮੇਰਾ ਪੁੱਤ ਜਾ ਕੇ ਕੱਪੜੇ ਪਾ ਮੈਂ ਰੋਟੀ ਲੈ ਕੇ ਆਉਣੀ ਤੇਰੀ ਕੋਈ ਨੀ ਕਰ ਲਾ ਜੋ ਮੇਰੇ ਨਾਲ ਕਰਨਾ ਤੂੰ ਇਹਨਾਂ ਦੇ ਪਿੱਛੇ ਲੱਗ ਕੇ ਹੋ ਲੈਂਦੇ ਮੇਰੇ ਨਿਆਣਿਆਂ ਨੂੰ ਵੱਡੇ ਤੇਰੇ ਕੋਲ ਸਾਰੇ ਗਿਣ ਗਿਣ ਬਦਲੇ ਨਾ ਲਏ ਤੇ ਆਖੀ ਮੋਟਰਸਾਈਕਲ ਸਾਫ ਕਰਨ ਦੀ ਕੋਈ ਲੋੜ ਨਹੀਂ ਆ ਤੂੰ ਮੋਟਰਸਾਈਕਲ ਤੇ ਨਹੀਂ ਜਾਣਾ ਪਰ ਕਿਉਂ ਚਾਚੀ ਜੀ ਮੈਂ ਕਹਿਤਾ ਨਾ ਵੀ ਮੋਟਰਸਾਈਕਲ ਨਹੀਂ ਖੜਨਾ ਤੇ ਨਹੀਂ ਖੜਨਾ ਚਾਚੀ ਜੀ ਮੈਂ ਮੋਟਰਸਾਈਕਲ ਤੇ ਨਹੀਂ ਜਾਣਾ ਤੇ ਫਿਰ ਮੈਂ ਕਾਹਤੇ ਜਾਣਾ ਵਾ ਜਿੱਦਾਂ ਅੱਗੇ ਜਾਣਾ ਹਾਂ ਉੱਦਾਂ ਹੀ ਜਾ ਮੈਨੂੰ ਕੋਈ ਠੇਕਾ ਨਹੀਂ ਤੇਰਾ ਕਿਉਂ ਕੀ ਗੱਲ ਮੋਟਰਸਾਈਕਲ ਤੇ ਕਿਉਂ ਨਹੀਂ ਜਾਣਾ ਮੁੰਡੇ ਨੇ ਜੇ ਇਹਨੇ ਮੋਟਰਸਾਈਕਲ ਤੇ ਜਾਣਾ ਵਾ ਨਾ ਤੇ ਤੇਲ ਆਪਣਾ ਪਾਓ ਸਾਂਝੇ ਤੇਲ ਦੇ ਉੱਤੇ ਮੈਂ ਨਹੀਂ ਮੋਟਰਸਾਈਕਲ ਖੜਨ ਦੇਣਾ ਜਦੋਂ ਸਾਨੂੰ ਕੋਈ ਫਾਇਦਾ ਹੀ ਨਹੀਂ ਆ ਤੇ ਅਸੀਂ ਸਾਂਝੇ ਘਰ 'ਚ ਤੇਲ ਕਿਉਂ ਪਾਈਏ ਜੇ ਇਸ ਗੱਲ ਦਾ ਰੌਲਾ ਪਾਉਣਾ ਸੀ ਤਾਂ ਤੂੰ ਪਹਿਲਾਂ ਦੱਸਣਾ ਸੀ ਅਸੀਂ ਤਾਂ ਚੰਗਾ ਭਲਾ ਸਾਈਕਲ ਲੈਣ ਲੱਗੇ ਸੀ ਮੁੰਡਾ ਜੇ ਸਾਂਝੇ ਘਰ 'ਚ ਕੰਮ ਕਰਦਾ ਆ ਤੇ ਸਾਂਝਾ ਤੇਲ ਬਾਲਣਾ ਅਸੀਂ ਕਿਹੜੇ ਵੱਖਰੇ ਪੈਸੇ ਰੱਖਣ ਡਏ ਹਾਂ ਘਰ 'ਚ ਵੇਖੋ ਭੈਣ ਜੀ ਮੈਂ ਤੁਹਾਡੇ ਨਾਲ ਕੋਈ ਬਹਿਸ 'ਚ ਨਹੀਂ ਪੈਣਾ ਚਾਹੁੰਦੀ ਮੋਟਰਸਾਈਕਲ ਚੁੱਪ ਕਰਕੇ ਅੰਦਰ ਲਾ ਕੇ ਨਾ ਤੂੰ ਉੱਤੇ ਚਾਦਰ ਪਾ ਦਿਓ ਜਿੰਨੇ ਜਿੱਥੇ ਜਾਣਾ ਆਪਣਾ ਤੇਲ ਪਾ ਕੇ ਜਾਊਗਾ ਅਤੇ ਹਾਂ ਜੇ ਇੰਨੇ ਸਕੂਲ ਜਾਣਾ ਵਾ ਨਾ ਤਾਂ ਦਿਓ ਉਹਨੂੰ ਪੈਸੇ ਅਤੇ ਆਪਣੇ ਪੱਲਿਓਂ ਤੇਲ ਪਵਾ ਕੇ ਭਾਵੇਂ ਰੋਜ਼ ਭੇਜੋ ਨਹੀਂ ਕਾਹਦਾ ਸਵੇਰੇ ਸਵੇਰੇ ਤੁਸੀਂ ਰੌਲਾ ਪਾ ਕੇ ਬਹਿ ਗਈਆਂ ਜੇ ਰੌਲਾ ਕੀ ਪਾਉਣਾ ਵਾ ਮੋਟਰਸਾਈਕਲ ਲੈ ਕੇ ਮੁੰਡਾ ਚੱਲਿਆ ਸਕੂਲ ਅਤੇ ਮੋਟਰਸਾਈਕਲ ਡੱਕ ਲਿਆ ਵਾ ਵੀ ਸਾਂਝਾ ਤੇਲ ਵਿੱਚ ਪੈਂਦਾ ਵਾ ਅਤੇ ਮੈਂ ਤੈਨੂੰ ਮੋਟਰਸਾਈਕਲ ਲੈ ਕੇ ਨਹੀਂ ਜਾਣਾ ਦੇਣਾ ਨਹੀਂ ਤੂੰ ਕਿਹੜੀ ਗੱਲੋਂ ਡੱਕਤਾ ਮੁੰਡੇ ਨੂੰ ਸਕੂਲ ਜਾਣ ਤੋਂ ਉਹਨੇ ਜਾਣਾ ਨਹੀਂ ਸਕੂਲੇ ਮੰਮੀ ਦੱਸ ਤਾਂ ਦਿੱਤਾ ਤੁਹਾਨੂੰ ਇਹਨਾਂ ਨੇ ਮੇਰੇ ਕੋਲ ਵਾਰ ਵਾਰ ਸੰਘ ਨਹੀਂ ਪਾੜਿਆ ਜਾਂਦਾ ਜੇ ਇਹਨੇ ਮੋਟਰਸਾਈਕਲ ਖੜਨਾ ਵਾ ਨਾ ਅਤੇ ਆਪਣੇ ਪੱਲਿਓਂ ਤੇਲ ਪਾਵੇ ਤਾਂ ਜਾਵੇ ਜੇ ਤੇਰੇ ਦਿਲ 'ਚ ਹਾਂ ਗੱਲ ਸੀ ਤਾਂ ਤੂੰ ਪਹਿਲਾਂ ਦੱਸ ਦੀ ਤੇ ਮੈਨੂੰ ਕੀ ਪਤਾ ਸੀ ਕਿੰਨੇ ਤਿੰਨ ਤਿੰਨ ਚਾਰ ਚਾਰ ਪਿੱਛੇ ਭਾਲ ਕੇ ਵਾਰਾ ਗਰਦੀਆਂ ਕਰਨੀਆਂ ਆ 10 ਕਿਲੋਮੀਟਰ ਤੇ ਹਰ ਚੋਆਲ ਆ ਤੇ 13-14 ਕਿਲੋਮੀਟਰ ਰੋਜ਼ ਘੁੰਮ ਕੇ ਆਉਂਦਾ ਵਾ ਤੈਨੂੰ ਲੱਗਦਾ ਰਾਤ ਦੀਆਂ ਵੱਜੀਆਂ ਭੁੱਲ ਗਈਆਂ ਵਾ ਜਿਹੜੇ ਤੂੰ ਆ ਕੇ ਫਿਰ ਸਿੰਘ ਪਸਾ ਲਿਆ ਕਿਉਂ ਨਹੀਂ ਜਾਣ ਦੇਣਾ ਤੂੰ ਮੁੰਡੇ ਨੂੰ ਮੋਟਰਸਾਈਕਲ ਤੇ ਨਹੀਂ ਭੁੱਲੀਆਂ ਇੱਕ ਵਾਰ ਮਾਰੀਆਂ ਵੀ ਇਹੋ ਜਿਹੀਆਂ ਤੇ 4 ਵਾਰ ਮਾਰੀਆਂ ਵੀ ਇਹੋ ਜਿਹੀਆਂ ਹੋਰ ਮਾਰ ਲਓ ਭਾਵੇਂ ਪਰ ਮੈਂ ਇੱਕ ਗੱਲ ਤੁਹਾਨੂੰ ਦੱਸ ਦਿੰਦੀ ਜੇ ਸਾਂਝੇ ਤੇਲ ਤੇ ਮੋਟਰਸਾਈਕਲ ਗੇਟੋਂ ਬਾਹਰ ਨਿਕਲਿਆ ਨਾ ਤੇ ਮੈਂ ਕੋਈ ਖਾ ਕੇ ਮਰ ਜਾਣਾ ਹੀ ਹਾਂ ਆਪ ਤਾਂ ਮੈਂ ਮਰੂੰ ਤੁਹਾਨੂੰ ਸਾਰੇ ਟੱਬਰ ਨੂੰ ਨਾ ਬਣਾ ਕੇ ਮਾਰਿਆ ਤੇ ਗੱਲ ਕਰੀ ਵੇ ਪੁੱਤ
जा तू मोटरसाइकिल ला दे ते तू तुर के चल जा, अहीं अपने घर च इहो जिहा पंगा नहीं कोई पाउणा हैगा, ला दे। ओ कर लियो अपने मन दी, पै गई तेनू ठंड, ओ तू मेरी मिट्टी पलीत कराती उन्हां दे विच सारिआं च, हुण मैं अपने भरा नूं की जवाब दऊंगा इहदा। डरी जाओ सारी उम्र, दो ठोक के जवाब भी नहीं सांझे करदा तेल फूकना, इच कड़ी गल आ। जिन्ना तू सोचण दी ना इन्ना सिंपल नहीं आ, सद्दुआं भरावां दे विच पार पाउणा। तुहानूं इह पार दी देवां, अहीं अपना को भला सोचनी आ ते। भला सोचदी आ तू अपना। मम्मी जी, मम्मी हुण मैं कादे ते जाऊंगा स्कूल? चल अज छुट्टी कर ला फिर। नहीं मम्मी जी छुट्टी नहीं, मेरा ते अज टेस्ट वा, मेरा जाना जरूरी आ। ते टेस्ट है ते फिर निकल जा चुप करके, वेख ला कोई ना कोई चीज मिल जूगी, चढ़ जी किसे मुंडे दे नाल, चढ़ जी ना हो ते चल जा छेती कर ला, लेट हो जाएगा। वेख ला हुण इहदे काम की करना फिर, हुण कपत्त भी घर च 24 घंटे पाट गए ते केड़ा चंगा हुंदा आ। इसे डरदे मैं ते आख्या मोटरसाइकिल ला दे हुण पुत, उहने लाता बेचारे ने, होर की करिए, अहीं हार जांदे आ पर ओ नहीं हारदी हैगी। चल कोई नहीं, रहन दो उहनूं, जिद लैन दो तुसीं। ਆ ਫਿਰ ਉਹੀ ਆਖੀ ਦਾ ਵੀ ਚੱਲ ਇਹੋ ਜਿਹਾ ਕੰਮ ਨਾ ਕਿਤੇ ਹੋ ਜਾਵੇ, ਕਿਤੇ ਵੇੜਾ ਟਾਲ ਲਈਏ, ਪਰ ਉਹਦੇ ਵੱਲੋਂ ਨਹੀਂ ਕੋਈ ਕਸਰ ਨਹੀਂ। ਚੱਲ ਕੋਈ ਗੱਲ ਨਹੀਂ, ਕਪੱਤ ਕਿਹੜਾ ਚੰਗਾ ਹੁੰਦਾ ਘਰ ਦੇ ਵਿੱਚ 24 ਘੰਟੇ ਦਾ। ਹੁਣ ਇੰਨੀ ਟੈਨਸ਼ਨ ਲੱਗੀ ਹੈ ਮੁੰਡੇ ਦੀ, ਕੋਈ ਨਹੀਂ ਚੱਲ ਜਾਣਾ, ਉਹਨੇ ਨਿਆਣੇ ਬਥੇਰੇ ਸ਼ਤਾਨ ਅੱਜ ਕੱਲ੍ਹ। ਚੱਲ ਉਹਦੇ ਡੈਡੀ ਨੂੰ ਫੋਨ ਕਰਾਂਗੇ, ਕੋਈ ਚਾਰਾ ਕਰਨੇ ਫਿਰ ਹੋਰ ਕੀ ਕਰਨਾ। ਆਹ ਚੱਲ ਕੋਈ ਸਾਈਕਲ ਸੂਕਲ ਲੈ ਲਿਓ, ਨਹੀਂ ਤਾਂ ਮਾੜਾ ਮੋਟਾ ਵੇਖ ਲਈਏ ਫਿਰ।